ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਤੋਂ ਲਗਭਗ 50 ਸਾਲ ਪਹਿਲਾਂ ਤਾਂ ਵਿਆਹਾਂ ਦੀਆਂ ਗੱਲਾਂ ਹੀ ਕੁਝ ਹੋਰ ਹੁੰਦੀਆਂ ਸੀ। ਨਾ ਕੁੜੀ ਮੁੰਡੇ ਨੂੰ ਦੇਖਦੀ ਸੀ ਤੇ ਨਾ ਮੁੰਡਾ ਕੁੜੀ ਨੂੰ। ਬਸ ਜੋ ਵੀ ਘਰ ਦੇ ਪਸੰਦ ਕਰਦੇ ਸੀ ਉਹਦੇ ਨਾਲ ਹੀ ਵਿਆਹ ਹੋ ਜਾਂਦਾ ਸੀ। ਉਦੋਂ ਤਾਂ ਵਿਆਹ ਵੀ ਅਰੇਂਜ ਹੀ ਹੁੰਦੇ ਸੀ। ਮੈਂ ਵੀ ਅੱਜ ਆਪਣੇ ਨਾਨਾ ਨਾਨੀ ਜੀ ਤੇ ਕਹਾਣੀ ਰਾਹੀਂ ਉਹਨਾਂ ਦੇ ਪਿਆਰ ਨੂੰ ਬਿਆਨ ਕਰਨ ਦੀ ਇੱਕ ਕੋਸ਼ਿਸ਼ ਕੀਤੀ ਆ। ਮੇਰੀ ਨਾਨੀ ਉਦੋਂ 18 ਸਾਲ ਦੀ ਸੀ ਜਦੋਂ ਉਹਨਾਂ ਦਾ ਰਿਸ਼ਤਾ ਹੋਇਆ ਸੀ। ਉਹਨਾਂ ਨੇ ਨਾ ਤਾਂ ਦੇਖਿਆ ਵੀ ਨਹੀਂ ਸੀ ਕਿ ਵਿਆਹ ਕਿਹਦੇ ਨਾਲ ਹੋਣ ਲੱਗਿਆ ਏ, ਮੁੰਡਾ ਕਿਹੋ ਜਿਹਾ ਏ ਦੇਖਣ ਨੂੰ। ਬਸ ਘਰਦਿਆਂ ਨੇ ਆਪ ਹੀ ਦੇਖ ਕੇ ਰਿਸ਼ਤਾ ਪੱਕਾ ਕਰਤਾ ਸੀ, ਪਰ ਨਾਨਾ ਜੀ ਮੇਰੇ ਚਾਹੁੰਦੇ ਸੀ ਕਿ ਇੱਕ ਵਾਰ ਉਹ ਜ਼ਰੂਰ ਦੇਖਣ ਉਹਨੂੰ ਜਿਹਦੇ ਨਾਲ ਉਹਨਾਂ ਦਾ ਵਿਆਹ ਹੋਣਾ ਏ। ਉਹ ਸਮੇਂ ਵਿੱਚ ਵੀ ਨਾਨਾ ਜੀ ਨੇ ਹਿੰਮਤ ਜੀ ਕਰੀ ਤੇ ਆਪਣੇ ਦੋਸਤ ਨਾਲ ਨਾਨੀ ਦੇ ਪਿੰਡ ਚਲੇ ਗਏ। ਉੱਥੇ ਪੁੱਛ ਪੁਛਾ ਕੇ ਉਹਨਾਂ ਨੇ ਘਰ ਤਾਂ ਲੱਭ ਲਿਆ, ਪਰ ਅੰਦਰ ਨਹੀਂ ਜਾ ਸਕੇ। ਉਹਨਾਂ ਸਮਿਆਂ 'ਚ ਤਾਂ ਡਰ ਹੀ ਬਹੁਤ ਹੁੰਦਾ ਸੀ, ਪਰ ਨਾਨਾ ਜੀ ਉਦੋਂ ਤੱਕ ਉੱਥੋਂ ਆਏ ਹੀ ਨਹੀਂ ਜਦੋਂ ਤੱਕ ਉਹਨਾਂ ਨੇ ਆਪਣੀ ਹੋਣ ਵਾਲੀ ਵਹੁਟੀ ਨੂੰ ਦੇਖ ਨਹੀਂ ਲਿਆ ਸੀ। ਆਥਣ ਜੀ ਹੋਈ ਤਾਂ ਨਾਨੀ ਘਰ ਤੋਂ ਬਾਹਰ ਨਿਕਲੀ ਗੋਹੇ ਵਾਲਾ ਟੋਕਰਾ ਲੈ ਕੇ। ਨਾਨੀ ਨੂੰ ਦੇਖ ਕੇ ਹੀ ਫਿਰ ਨਾਨਾ ਜੀ ਘਰ ਵਾਪਸ ਆਏ ਸੀ, ਪਰ ਆਉਂਦਿਆਂ ਦੇ ਹੀ ਬਾਪੂ ਤੋਂ ਗਾਲਾਂ। ਬਾਪੂ ਜੀ ਵੀ ਬੋਲਣ ਲੱਗੇ, ਦੇਖਦੇ ਨਹੀਂ ਸੀ। ਫਿਰ ਸਾਲਾ ਕੁੜੀ ਨੂੰ ਦੇਖ ਕੇ ਆਇਆ, ਉੱਥੇ ਆਈ ਜਾਣੀ ਸੀ, ਘਰ ਦੇਖ ਹੀ ਲੈਣੀ ਸੀ। ਕੋਈ ਨਾ, ਕਰਦਾ ਗੱਲ ਮੈਂ ਉਹਨਾਂ ਨਾਲ ਅਗਲੇ ਮਹੀਨੇ ਦੀ। ਉਹ ਮੰਗਦੇ ਆ ਤਰੀਕ ਵਿਆਹ ਦੀ। ਤੂੰ ਤਾਂ ਕੁੜੀ ਨੂੰ ਵੀ ਨਾਲ ਬਦਨਾਮ ਕਰੇਗਾ। ਦੂਜੇ ਦਿਨ ਹੀ ਬਾਪੂ ਜਾ ਕੇ ਵਿਆਹ ਦੀ ਤਰੀਕ ਮੰਗ ਆਉਂਦਾ ਏ, ਵਿਆਹ ਹੋ ਜਾਂਦਾ, ਸਭ ਵਧੀਆ ਚੱਲੀ ਜਾਂਦਾ। ਦਿਨ ਲੰਘ ਰਹੇ ਸੀ, ਫਿਰ ਨਾਨਾ ਜੀ ਦਾ ਦੁਬਈ ਦਾ ਬਣ ਜਾਂਦਾ ਏ। ਕੁਝ ਕੁ ਸਾਲ ਦੁਬਈ ਲਗਾਏ ਤੇ ਕਿਸੇ ਵਜ੍ਹਾ ਕਰਕੇ ਨਾਨਾ ਜੀ ਨੂੰ ਫਿਰ ਵਾਪਸ ਆਉਣਾ ਪਿਆ। ਪਰ ਜਦ ਵਾਪਸ ਆਏ ਫਿਰ ਸ਼ਰਾਬ ਦੇ ਬਹੁਤ ਆਦੀ ਹੋ ਗਏ ਸੀ। ਸਾਰਾ ਦਿਨ ਘਰੇ ਪਏ ਰਹਿਣਾ, ਨਾ ਕੋਈ ਕੰਮ ਕਰਨਾ, ਨਾ ਕਿਤੇ ਜਾਣਾ। ਬਸ ਕਦੇ 2 ਪੈਗ, ਕਦੇ 4 ਪੈਗ, ਕਦੇ ਬੋਤਲ ਦੀ ਬੋਤਲ ਹੀ ਪੀ ਜਾਂਦੇ ਸੀ। ਨਾਨੀ ਨੂੰ ਸਮਝ ਨਹੀਂ ਲੱਗਦੀ ਸੀ ਵੀ ਇਹੋ ਜਿਹਾ ਕੀ ਹੋਇਆ ਜੋ ਇੰਨੀ ਸ਼ਰਾਬ ਪੀਣ ਲੱਗ ਗਏ। ਸਾਰੇ ਪਿੰਡ 'ਚ ਨਾਨਾ ਜੀ ਨੂੰ ਲੋਕ ਸ਼ਰਾਬੀ ਕਹਿਣ ਲੱਗ ਗਏ ਸੀ। ਇੱਕ ਵਾਰ ਤਾਂ ਸਾਰੇ ਪਰਿਵਾਰ ਨੂੰ ਨਾਨਾ ਜੀ ਨੇ ਘਰੋਂ ਵੀ ਕੱਢਤਾ ਸੀ। ਮੀਂਹ ਪੈ ਰਿਹਾ ਸੀ, ਨਾਨੀ ਨੂੰ ਸਮਝ ਨਹੀਂ ਆ ਰਿਹਾ ਸੀ ਹੁਣ ਨਿਆਣਿਆਂ ਨੂੰ ਲੈ ਕੇ ਜਾਵੇ ਤਾਂ ਜਾਵੇ ਕਿੱਥੇ। ਫਿਰ ਪਿੰਡ ਦੇ ਹੀ ਕਿਸੇ ਪਰਿਵਾਰ ਨੇ ਉਹਨਾਂ ਨੂੰ ਆਪਣੇ ਘਰੇ ਰਾਤ ਰਹਿਣ ਲਈ ਕਿਹਾ। ਸਵੇਰ ਹੁੰਦੇ ਹੀ ਨਾਨੀ ਬੱਚਿਆਂ ਨੂੰ ਲੈ ਕੇ ਘਰ ਦੇ ਬਾਹਰ ਆ ਗਈ ਸੀ ਤਾਂ ਕਿ ਦੁਬਾਰਾ ਹੁਣ ਕੋਈ ਕਲੇਸ਼ ਨਾ ਹੋਵੇ। ਨਾਨੀ ਇਹਨਾਂ ਸਾਰੇ ਦੁੱਖਾਂ 'ਚ ਵੀ ਕਦੇ ਹੌਂਸਲਾ ਨਹੀਂ ਹਾਰੀ। ਸਭ ਨੂੰ ਕਹਿੰਦੀ ਰਹੀ ਕਿ ਮੈਂ ਆਪੇ ਇਹਨਾਂ ਨੂੰ ਸਹੀ ਕਰ ਦੇਣਾ। ਨਾਨੀ ਹੁਣ ਹਰ ਰੋਜ਼ ਸਵੇਰੇ ਸਿਰ ਨਹਾ ਕੇ ਤੜਕੇ 2 ਵਜੇ ਉੱਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਗਈ ਸੀ। ਨਾਨੀ ਹਰ ਰੋਜ਼ ਪਾਠ ਕਰਦੀ, ਇੱਕ ਵੀ ਦਿਨ ਇਹੋ ਜਿਹਾ ਨਹੀਂ ਸੀ ਜਦ ਨਾਨੀ ਨੇ ਪਾਠ ਨਾ ਕਰਿਆ ਹੋਵੇ। 1.5 ਮਹੀਨੇ ਬਾਅਦ ਇੱਕ ਦਿਨ ਅਚਾਨਕ ਨਾਨੀ ਦੇਖਦੀ ਆ ਕਿ ਨਾਨਾ ਜੀ ਅੰਮ੍ਰਿਤ ਛੱਕ ਕੇ ਘਰ ਆ ਰਹੇ ਨੇ। ਨਾਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਪਿੰਡ ਦੇ ਕਹਿ ਰਹੇ ਸੀ ਇਹਦਾ ਤਾਂ ਬਸ ਘੰਟੇ ਕੁ ਦਾ ਹੀ ਅੰਮ੍ਰਿਤ ਛਕਿਆ ਰਹਿਣਾ, ਇਹਨੇ ਤਾਂ ਹੁਣ ਬੋਤਲ ਮੰਗਵਾ ਲੈਣੀ। ਸਾਰੇ ਪਿੰਡ ਦੇ ਗੱਲਾਂ ਕਰਦੇ ਸੀ, ਕਿਸੇ ਨੂੰ ਯਕੀਨ ਨਾ ਆ ਰਿਹਾ ਸੀ ਕਿ ਮੋਹਣੇ ਨੇ ਸ਼ਰਾਬ ਛੱਡਤੀ। ਪਰ ਨਾਨੀ ਦੇ ਰੱਬ ਤੇ ਭਰੋਸੇ ਨੇ ਤੇ ਪਿਆਰ ਨੇ ਸਭ ਦੀਆਂ ਗੱਲਾਂ ਝੂਠੀਆਂ ਕਰਤੀਆਂ। ਨਾਨਾ ਜੀ ਸੱਚੀ ਸ਼ਰਾਬ ਛੱਡਣ ਗਏ ਸੀ। ਨਾਨੀ ਹੁਣ ਬਹੁਤ ਖੁਸ਼ ਰਹਿੰਦੀ ਸੀ। ਨਾਨਾ ਜੀ ਵੀ ਹੁਣ ਨਾਨੀ ਨੂੰ ਕਦੇ ਦੁਖੀ ਨਹੀਂ ਰਹਿਣ ਦਿੰਦੇ ਸੀ। ਪਰ ਇੱਕ ਦਿਨ ਅਚਾਨਕ ਨਾਨੀ ਦੀ ਸਿਹਤ ਬਹੁਤ ਖਰਾਬ ਹੋ ਜਾਂਦੀ ਆ। ਨਾਨਾ ਜੀ ਜਦੋਂ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਡਾਕਟਰ ਦੱਸਦਾ ਏ ਕਿ ਢਿੱਡ 'ਚ ਇਨਫੈਕਸ਼ਨ ਬਹੁਤ ਜ਼ਿਆਦਾ ਏ ਤੇ ਇਹਨਾਂ ਨੂੰ ਇੱਥੇ ਐਡਮਿਟ ਕਰਨਾ ਪੈਣਾ। ਨਾਨਾ ਜੀ ਨੇ ਬਿਨਾਂ ਸੋਚੇ ਡਾਕਟਰ ਨੂੰ ਹਾਂ ਕਰਤੀ। ਨਾਨੀ ਦਾ ਇਲਾਜ ਕਿੰਨੇ ਦਿਨ ਚੱਲਿਆ ਪਰ ਅਜੇ ਵੀ ਚੰਗੀ ਤਰ੍ਹਾਂ ਠੀਕ ਨਹੀਂ ਹੋ ਰਹੇ ਸੀ। ਕਿੰਨੇ ਹੀ ਡਾਕਟਰਾਂ ਕੋਲ ਲੈ ਕੇ ਜਾਂਦੇ ਰਹੇ ਪਰ ਪਤਾ ਨਹੀਂ ਕਿਉਂ ਠੀਕ ਨਹੀਂ ਹੋ ਰਹੇ ਸੀ। ਹੁਣ ਤਾਂ ਨਾਨੀ ਦੀ ਦਿਮਾਗੀ ਹਾਲਤ ਵੀ ਖਰਾਬ ਹੋਣ ਲੱਗ ਗਈ ਸੀ। ਇਹੀ ਸੋਚ ਸੋਚ ਕੇ ਵੀ ਪਤਾ ਨਹੀਂ ਮੈਂ ਠੀਕ ਹੋਣਾ ਵੀ ਆ ਜਾਂ ਨਹੀਂ, ਨਾਨੀ ਇਹੀ ਸੋਚਦੀ ਰਹਿੰਦੀ ਸੀ ਕਿ ਮੈਂ ਹੁਣ ਬਚਣਾ ਨਹੀਂ। ਨਾਨੀ ਕਿਸੇ ਨਾਲ ਗੱਲ ਨਹੀਂ ਕਰਦੀ ਸੀ, ਇਕੱਲੀ ਪਈ ਰਹਿੰਦੀ ਸੀ, ਕਦੇ ਇਕੱਲੀ ਹੀ ਗੱਲਾਂ ਕਰੀ ਜਾਂਦੀ ਸੀ।
रोटी पानी भी छड गई सी। डॉक्टर नूं भी पता नहीं लग रहा सी कि होया की आ। फिर एक दिन नाना जी नूं किसे पिंड ਦੇ ਨੇ ਦੱਸਿਆ ਕਿ ਜਦੋਂ ਤੂੰ ਸ਼ਰਾਬ ਪੀਣੋ ਹਟਦਾ ਨਹੀਂ ਸੀ ਉਦੋਂ ਸ਼ਿੰਦਰ ਨੇ ਪਾਠ ਕਰ ਕਰਕੇ ਹੀ ਤੇਰੀ ਸ਼ਰਾਬ ਛੁਡਾਤੀ ਸੀ। ਰੋਜ਼ ਸਵੇਰੇ ਤੇਰੇ ਲਈ ਪਾਠ ਕਰਦੀ ਸੀ। ਨਾਨਾ ਜੀ ਇਹ ਸਭ ਸੋਚਦੇ ਸੋਚਦੇ ਹੀ ਘਰ ਆ ਗਏ ਸੀ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਨਾਨੀ ਕਦੋਂ ਪਾਠ ਕਰਦੀ ਸੀ ਕਦੋਂ ਨਹੀਂ, ਕਿਉਂਕਿ ਸ਼ਰਾਬ ਦੇ ਨਸ਼ੇ 'ਚ ਉਹ ਤਾਂ ਉਹ ਟਾਈਮ ਸੁੱਤੇ ਪਏ ਹੁੰਦੇ ਸੀ ਜਦ ਨੂੰ ਨਾਨੀ ਪਾਠ ਕਰ ਲੈਂਦੀ ਸੀ। नानी ने कोई ठंड नहीं देखी, कोई गर्मी नहीं, बस तड़के उठ के पाठ करना नहीं छड़िया। हुण नाना जी सारी रात यही सोचते रहे कि मैं किन्निया दुख तकलीफां दित्तियां ने शिंदर नूं, पर उहने कदे एक वार भी नहीं कहा मैनूं। मैं किन्ना कलेश करदा सी छोटी जी गल पिछे, पर कदे मैनूं पलट के जवाब नहीं दित्ता इहने। ਵਾਹਿਗੁਰੂ ਦਾ ਸ਼ੁਕਰ ਕਰਦੇ ਹੋਏ ਨਾਨਾ ਜੀ ਕਹਿੰਦੇ ਨੇ ਕਿ ਸ਼ੁਕਰ ਆ ਰੱਬਾ, ਤੂੰ ਮੇਰੀ ਜ਼ਿੰਦਗੀ 'ਚ ਆਪਣਾ ਹੀ ਇੱਕ ਰੂਪ ਭੇਜਿਆ ਏ, ਮੇਰੇ ਲਈ ਬਹੁਤ ਕੁਝ ਕੀਤਾ ਏ ਤੇਰੇ ਇਹ ਰੂਪ ਨੇ, ਹੁਣ ਮੇਰੀ ਵਾਰੀ ਆ। ਦੂਜੇ ਦਿਨ ਤੜਕੇ ਹੀ ਉੱਠ ਕੇ ਨਹਾ ਲਏ ਸੀ ਨਾਨਾ ਜੀ ਤੇ ਨਾਨੀ ਦੇ ਸਰਾਣੇ ਬਹਿ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਗਏ। ਪਤਾ ਨਹੀਂ ਕੀ ਸੀ, ਪਰ ਜਿਵੇਂ ਜਿਵੇਂ ਨਾਨਾ ਜੀ ਪਾਠ ਕਰਦੇ ਗਏ ਉਵੇਂ ਉਵੇਂ ਨਾਨੀ ਦੇ ਹੰਝੂ ਡਿੱਗਦੇ ਗਏ। ਨਾਨੀ ਬੋਲਦੀ ਤਾਂ ਕੁਝ ਨਹੀਂ ਸੀ, ਪਰ ਐਵੇਂ ਲੱਗਦਾ ਸੀ ਜਿਵੇਂ ਨਾਨੀ ਨੂੰ ਕੋਈ ਆਸ ਮਿਲ ਗਈ ਹੋਵੇ। ਹੁਣ ਦਵਾਈਆਂ ਸਾਰੀਆਂ ਬੰਦ ਕਰਤੀਆਂ ਸੀ ਕਿਉਂਕਿ ਦਵਾਈ ਕੋਈ ਵੀ ਅਸਰ ਨਹੀਂ ਕਰ ਰਹੀ ਸੀ। ਬਸ ਹੁਣ ਤਾਂ ਨਾਨਾ ਜੀ ਸਵੇਰੇ ਸ਼ਾਮ ਨਾਨੀ ਦੇ ਸਰਾਣੇ ਬਹਿ ਕੇ ਪਾਠ ਹੀ ਕਰਦੇ ਸੀ। ਹਜੇ ਹਫ਼ਤਾ ਕੀ ਹੀ ਹੋਇਆ ਸੀ ਨਾਨਾ ਜੀ ਨੂੰ ਪਾਠ ਕਰਨ ਲੱਗੇ। ਦੇਖਦੇ ਨੇ ਨਾਨੀ ਦੀ ਸਿਹਤ 'ਚ ਹੁਣ ਫਰਕ ਪੈ ਰਿਹਾ ਸੀ। ਉੱਠਦੀ ਤਾਂ ਅਜੇ ਵੀ ਨਹੀਂ ਸੀ ਨਾਨੀ, ਪਰ ਬੋਲਣ ਲੱਗ ਗਈ ਸੀ, ਬੱਚਿਆਂ ਨੂੰ ਬੁਲਾਉਣ ਲੱਗ ਗਈ ਸੀ, ਥੋੜੀ ਥੋੜੀ ਰੋਟੀ ਵੀ ਖਾਣ ਲੱਗ ਗਈ ਸੀ। ਹੁਣ ਨਾਨਾ ਜੀ ਵੀ ਖੁਸ਼ ਹੋ ਰਹੇ ਸੀ ਤੇ ਬੱਚੇ ਵੀ। ਨਾਨਾ ਜੀ ਨੂੰ ਹੁਣ ਵਾਹਿਗੁਰੂ ਤੇ ਹੋਰ ਵੀ ਯਕੀਨ ਹੋ ਗਿਆ ਸੀ। 15 ਕੁ ਦਿਨਾਂ ਬਾਅਦ ਜਦੋਂ ਨਾਨਾ ਜੀ ਪਾਠ ਕਰ ਰਹੇ ਸੀ ਤਾਂ ਨਾਨੀ ਆਪ ਵੀ ਉੱਠ ਕੇ ਕੋਲ ਬਹਿ ਗਈ ਤੇ ਸਾਰਾ ਪਾਠ ਬੈਠ ਕੇ ਸੁਣਿਆ। ਹੁਣ ਹੌਲੀ ਹੌਲੀ ਨਾਨੀ ਤੁਰਨ ਫਿਰਨ ਲੱਗ ਗਈ ਸੀ। ਹੁਣ ਘਰ ਦੇ ਸਾਰੇ ਬਹੁਤ ਖੁਸ਼ ਸੀ ਤੇ ਸੋਚਾਂ ਵਿੱਚ ਸੀ ਕਿ ਕਿਵੇਂ ਹੁਣ ਠੀਕ ਹੋ ਰਹੇ ਨੇ। ਪਹਿਲਾਂ ਇੰਨੇ ਡਾਕਟਰਾਂ ਦੇ ਗਏ ਕੋਈ ਫਰਕ ਨਹੀਂ ਪਿਆ। ਕੁਝ ਕੁ ਤਾਂ ਪਿੰਡ ਦੇ ਵੀ ਖਬਰ ਲੈਣ ਆਉਂਦੇ, ਇਹੀ ਪੁੱਛਦੇ ਕਿ ਭਾਈ ਹੁਣ ਕਿਹੜੇ ਡਾਕਟਰ ਤੋਂ ਦਵਾਈ ਲੈ ਕੇ ਆਉਂਦੇ ਹੋ। ਬਸ ਫਿਰ ਸਭ ਨੂੰ ਨਾਨਾ ਜੀ ਹੱਸ ਕੇ ਇਹੀ ਜਵਾਬ ਦਿੰਦੇ ਸੀ ਕਿ ਜਿਹੜੇ ਡਾਕਟਰ ਨੇ ਮੇਰੀ ਸ਼ਰਾਬ ਛੜਾਈ ਸੀ ਹੁਣ ਤਾਂ ਬਸ ਉਹੀ ਡਾਕਟਰ ਤੋਂ ਦਵਾਈ ਲੈਨੇ ਆ। ਦੇਖਦੇ ਹੀ ਦੇਖਦੇ ਨਾਨੀ ਇੱਕ ਮਹੀਨੇ ਦੇ ਵਿੱਚ ਬਿਲਕੁਲ ਠੀਕ ਹੋ ਗਈ ਸੀ। ਨਾ ਹੁਣ ਕੋਈ ਦਿਮਾਗ ਤੇ ਟੈਨਸ਼ਨ ਸੀ, ਨਾ ਕੋਈ ਹੋਰ ਬਿਮਾਰੀ ਸੀ। ਸਾਰਾ ਕੰਮ ਵੀ ਘਰ ਦਾ ਆਪ ਕਰਦੇ, ਸਭ ਨੂੰ ਹੱਸ ਹੱਸ ਕੇ ਬੁਲਾਉਣ ਲੱਗ ਗਏ ਸੀ। ਪਹਿਲਾਂ ਪਿੰਡ 'ਚ ਸਾਰੇ ਇਹ ਕਹਿੰਦੇ ਸੀ ਕਿ ਸ਼ਿੰਦਰ ਨੇ ਮੋਹਣੇ ਨੂੰ ਮਰਨ ਤੋਂ ਬਚਾ ਲਿਆ, ਤੇ ਹੁਣ ਪਿੰਡ ਵਾਲੇ ਇਹ ਕਹਿੰਦੇ ਸੀ ਕਿ ਮੋਹਣੇ ਨੇ ਸ਼ਿੰਦਰ ਨੂੰ ਦੁਬਾਰਾ ਜ਼ਿੰਦਗੀ ਦਿੱਤੀ ਆ। ਜ਼ਿੰਦਗੀ ਹੁਣ ਬਹੁਤ ਸੋਹਣੀ ਲੰਘ ਰਹੀ ਸੀ, ਪੈਸੇ ਦੀ ਭਾਵੇਂ ਥੋੜੀ ਤੰਗੀ ਰਹਿੰਦੀ ਸੀ, ਪਰ ਇਹ ਗੱਲ ਦਾ ਅਸਰ ਕਦੇ ਉਹਨਾਂ ਨੇ ਆਪਣੀ ਹੱਸਦੀ ਖੇਡਦੀ ਜ਼ਿੰਦਗੀ ਤੇ ਨਹੀਂ ਪੈਣ ਦਿੱਤਾ ਸੀ। ਨਾਨਾ ਜੀ ਵੀ ਕੰਮ ਤੇ ਜਾਂਦੇ ਸੀ, ਨਾਨੀ ਵੀ ਸਾਰਾ ਘਰ ਸਾਂਭਦੀ ਸੀ। ਜਦੋਂ ਵੀ ਨਾਨਾ ਜੀ ਕੰਮ ਤੋਂ ਥੱਕ ਹਾਰ ਕੇ ਸ਼ਾਮ ਨੂੰ ਘਰ ਆਉਂਦੇ ਤਾਂ ਨਾਨੀ ਉਦੋਂ ਹੀ ਘੜੇ ਵਿੱਚੋਂ ਪਾਣੀ ਭਰ ਕੇ ਨਾਨਾ ਜੀ ਨੂੰ ਦੇਣ ਚਲੇ ਜਾਂਦੀ। ਨਾਨਾ ਜੀ ਨੂੰ ਕਦੇ ਕਹਿਣ ਦੀ ਵੀ ਲੋੜ ਨਹੀਂ ਪਈ ਕਿ ਮੈਨੂੰ ਪਾਣੀ ਦੇ ਦੇ। ਨਾਨਾ ਜੀ ਦੇ ਬਿਨਾਂ ਕਹੇ ਹੀ ਨਾਨੀ ਸਾਰੀਆਂ ਗੱਲਾਂ ਸਮਝਦੀ ਸੀ। ਇੱਕ ਵਾਰ ਨਾਨਾ ਜੀ ਦੇ ਕਿਸੇ ਖਾਸ ਦੋਸਤ ਦੀ ਭੈਣ ਦਾ ਵਿਆਹ ਸੀ ਤੇ ਉਹਨਾਂ ਨੇ ਨਾਨਾ ਜੀ ਨੂੰ ਵਿਆਹ ਤੇ ਆਉਣ ਲਈ ਕਿਹਾ ਸੀ ਤੇ ਇਹ ਵੀ ਕਿਹਾ ਸੀ ਕਿ ਨਾਲ ਆਪਣੇ ਪਰਿਵਾਰ ਨੂੰ ਵੀ ਜ਼ਰੂਰ ਲੈ ਕੇ ਆਉਣ। ਨਾਨਾ ਜੀ ਨੇ ਆ ਕੇ ਘਰੇ ਦੱਸਿਆ ਕਿ ਆਪਾਂ ਚੰਡੀਗੜ੍ਹ ਵਿਆਹ ਜਾਣਾ ਏ, ਦੇਵ ਦੀ ਭੈਣ ਦਾ ਵਿਆਹ ਏ। ਤਾਂ ਇਹ ਸੁਣ ਕੇ ਨਾਨੀ ਪਹਿਲਾਂ ਤਾਂ ਬਹੁਤ ਖੁਸ਼ ਹੋਈ, ਪਰ ਨਾਨੀ ਨੂੰ ਨਾਲ ਹੀ ਇਸ ਗੱਲ ਦੀ ਚਿੰਤਾ ਹੋ ਗਈ ਕਿ ਮੇਰੇ ਕੋਲ ਤਾਂ ਇੱਕ ਦੋ ਸੂਟ ਨੇ ਤੇ ਉਹ ਵੀ ਘਸੇ ਹੋਏ ਨੇ। ਹੁਣ ਜੇ ਮੈਂ ਇਹੋ ਜਿਹੇ ਸੂਟ ਵਿਆਹ ਵਿੱਚ ਪਾ ਕੇ ਗਈ ਤਾਂ ਇਹਨਾਂ ਦੀ ਉੱਥੇ ਇੱਜ਼ਤ ਨਹੀਂ ਰਹਿਣੀ। ਪੈਸੇ ਦੀ ਤੰਗੀ ਹੋਣ ਕਰਕੇ ਨਾਨੀ ਨੇ ਕਦੇ ਕੋਈ ਵਾਧੂ ਖਰਚਾ ਨਹੀਂ ਕਰਿਆ ਸੀ। ਨਾਨੀ ਸੋਚੀ ਗਈ ਕਿ ਪੈਸੇ ਤਾਂ ਹੈ ਨਹੀਂ ਸੂਟ ਜੋਗੇ, ਵੀ ਮੈਂ ਤਾਂ ਹੁਣ ਇਹਨਾਂ ਨੂੰ ਕਹਿੰਦੀ ਵੀ ਚੰਗੀ ਨਹੀਂ ਲੱਗਦੀ। ਨਾਨੀ ਫਿਰ ਸੋਚ ਕੇ ਮਨਾ ਹੀ ਕਰ ਦਿੰਦੀ ਆ ਕਿ ਨਹੀਂ ਮੈਂ ਨਹੀਂ ਜਾਣਾ ਵਿਆਹ, ਇੰਨੀ ਦੂਰ ਵਿਆਹ ਜਾ ਕੇ ਕੀ ਕਰਨਾ ਮੈਂ।
ਤੁਸੀਂ ਇਕੱਲੇ ਹੀ ਜਾਓ। ਸਮਝ ਤਾਂ ਨਾਨਾ ਜੀ ਵੀ ਗਏ ਸੀ ਕਿ ਇੱਕਦਮ ਖੁਸ਼ ਹੋਇਆ ਚਿਹਰਾ ਹੁਣ ਇੱਕਦਮ ਕਿਉਂ ਮੁਰਝਾ ਗਿਆ, ਪਰ ਨਾਨਾ ਜੀ ਨੇ ਕੁਝ ਨਹੀਂ ਕਿਹਾ। ਬਸ ਨਾਨੀ ਦੀ ਗੱਲ 'ਚ ਹਾਮੀ ਭਰਦੇ ਹੋਏ ਹੀ ਬਾਹਰ ਆ ਗਏ। ਕੁਝ ਗੱਲਾਂ ਕਹੀਆਂ ਜਾਂਦੀਆਂ ਨਹੀਂ ਪਰ ਚਿਹਰੇ ਸਮਝਾ ਜਾਂਦੇ। ਵਿਆਹ ਨੂੰ ਅਜੇ 2 ਕੁ ਦਿਨ ਬਾਕੀ ਸੀ ਤੇ ਨਾਨਾ ਜੀ ਨੂੰ ਨਾਨੀ ਦਾ ਬਸ ਉਦਾਸ ਚਿਹਰਾ ਦਿਸ ਰਿਹਾ ਸੀ। ਉਹ ਬਸ ਇਹੀ ਸੋਚ ਰਹੇ ਸੀ ਕਿ ਕਿਵੇਂ ਨਾ ਕਿਵੇਂ ਕਰਕੇ ਮੈਂ ਆਪਣੀ ਸ਼ਿੰਦਰ ਨੂੰ ਇੱਕ ਸੂਟ ਤਾਂ ਲੈ ਕੇ ਦੇ ਸਕਾਂ ਤਾਂ ਕਿ ਅਸੀਂ ਦੋਨੋਂ ਵਿਆਹ ਜਾ ਸਕੀਏ। ਨਾਨਾ ਜੀ ਕੰਮ ਤੇ ਗਏ ਤੇ ਉੱਥੇ ਫੇਰ ਜਿਹਦੇ ਕੋਲ ਕੰਮ ਕਰਦੇ ਸੀ ਉਹਨੂੰ ਸਾਰੀ ਗੱਲ ਦੱਸੀ ਤੇ ਉਹਦੇ ਤੋਂ ਫੇਰ ਕੁਝ ਕੁ ਰੁਪਈਏ ਉਧਾਰੇ ਲੈ ਕੇ ਆਏ। ਨਾਨਾ ਜੀ ਸਾਰਾ ਕੰਮ ਵਧੀਆ ਢੰਗ ਨਾਲ ਕਰਦੇ ਸੀ ਤੇ ਨਾ ਹੀ ਕਦੇ ਕੋਈ ਛੁੱਟੀ ਕਰੀ ਸੀ, ਤਾਂ ਕਰਕੇ ਉਹ ਵੀ ਨਾਨਾ ਜੀ ਦੀ ਗੱਲ ਨੂੰ ਮੋੜ ਨਹੀਂ ਸਕੇ। ਜਿੰਨੇ ਪੈਸੇ ਨਾਨਾ ਜੀ ਨੇ ਮੰਗੇ ਸੀ ਉਹਨਾਂ ਨੇ 10 ਰੁਪਏ ਉਹਦੇ ਨਾਲੋਂ ਵੱਧ ਹੀ ਦਿੱਤੇ ਸੀ ਤੇ ਨਾਲ ਮਖੌਲ ਕਰਦੇ ਹੋਏ ਇਹ ਵੀ ਕਿਹਾ, ਸੂਟ ਤਾਂ ਬੰਸੀ ਮਿਲਦੇ ਆ ਬਾਜ਼ਾਰ 'ਚ ਵਧੀਆ। ਹੁਣ ਖੁਸ਼ੀ ਖੁਸ਼ੀ ਨਾਨਾ ਜੀ ਬੰਸੀ ਲਾਲੇ ਦੀ ਹੱਟੀ ਤੇ ਗਏ ਤੇ ਸੂਟ ਦੇਖਣ ਲੱਗ ਗਏ। ਉੱਥੇ ਇੱਕ ਗੁਲਾਬੀ ਰੰਗ ਦਾ ਸੂਟ ਸੀ ਜੋ ਨਾਨਾ ਜੀ ਨੂੰ ਬੜਾ ਪਸੰਦ ਆਇਆ ਤੇ ਉਹਨਾਂ ਨੇ ਉਹੀ ਸੂਟ ਖਰੀਦ ਲਿਆ। ਜਦੋਂ ਸੂਟ ਲੈ ਕੇ ਨਾਨਾ ਜੀ ਘਰ ਗਏ ਤਾਂ ਨਾਨੀ ਕਦੇ ਪਾਣੀ ਦਾ ਗਲਾਸ ਲੈ ਕੇ ਆਈ ਤੇ ਜਦ ਨਾਨੀ ਨੇ ਪੁੱਛਿਆ ਤੇ ਇਹ ਕੀ ਚੱਕਿਆ ਤੁਸੀਂ ਹੱਥ 'ਚ, ਤਾਂ ਨਾਨਾ ਜੀ ਨੇ ਨਾਨੀ ਦੇ ਹੱਥ 'ਚ ਸੂਟ ਫੜਾਉਂਦੇ ਹੋਇਆ ਕਿਹਾ ਕਿ ਲੈ ਸੂਟ ਆ ਤੇਰੇ ਲਈ, ਦੇਖ ਲਾ ਜੇ ਰੰਗ ਠੀਕ ਆ ਜਾਂ ਨਹੀਂ ਫਿਰ ਬਦਲ ਕੇ ਲੈ ਆਵਾਂ ਮੈਂ। ਤੇ ਨਾਲੇ ਹਾਂ ਹੁਣ ਸ਼ਿੰਦਰ ਕੋਈ ਬਹਾਨਾ ਨਹੀਂ ਚਲਾਉਣਾ ਤੇ ਕੋਈ ਸਵਾਲ ਨਹੀਂ ਪੁੱਛਣਾ, ਬਸ ਤੂੰ ਸੂਟ ਸਿਉਂ ਤੇ ਵਿਆਹ ਜਾਣ ਦੀ ਤਿਆਰੀ ਕਰ। ਹੁਣ ਵਿਆਹ ਜਾਣ ਦਾ ਦਿਨ ਸੀ ਤੇ ਵਿਆਹ ਦੂਰ ਜਾਣਾ ਸੀ ਤਾਂ ਕਰਕੇ ਇੱਕ ਸੂਟ ਨਾਲ ਵੀ ਚੱਕਣਾ ਸੀ। ਹੁਣ ਨਾਨੀ ਨੇ ਇੱਕ ਸੂਟ ਤਾਂ ਸਿਓ ਲਿਆ ਸੀ ਪਰ ਹੁਣ ਇੱਕ ਹੋਰ ਚਾਹੀਦਾ ਸੀ ਤਾਂ ਨਾਨੀ ਨੇ ਆਪਣੀ ਦਰਾਣੀ ਦਾ ਸੂਟ ਮੰਗਿਆ ਤੇ ਉਹਦਾ ਸੂਟ ਨਾਨੀ ਦੇ ਥੋੜਾ ਉੱਚਾ ਸੀ ਪਰ ਫਿਰ ਵੀ ਨਾਨੀ ਨੇ ਉਹਦੇ ਤੋਂ ਉਹ ਸੂਟ ਲੈ ਲਿਆ। ਇਹ ਸੋਚ ਕੇ ਵੀ ਜੇ ਹਨੇਰਾ ਹੋ ਗਿਆ ਤਾਂ ਉੱਥੇ ਰਹਿਣਾ ਪੈਣਾ ਏ ਤੇ ਫਿਰ ਮੈਂ ਇਹੀ ਸੂਟ ਪਾ ਲਊਂ। ਜਿਹੜਾ ਸੂਟ ਨਾਨਾ ਜੀ ਨੇ ਲਿਆ ਕੇ ਦਿੱਤਾ ਸੀ ਉਹ ਸੂਟ ਨੂੰ ਨਾਨੀ ਨੇ ਪਤਾਸੇ ਲਗਾ ਕੇ ਚੁੰਨੀ ਨੂੰ ਗੋਟਾ ਲਗਾ ਕੇ ਹੋਰ ਵੀ ਸੋਹਣਾ ਬਣਾ ਲਿਆ ਸੀ। ਨਾਨਾ ਜੀ ਜਦੋਂ ਪਿੰਡ ਗਏ ਹੋਏ ਸੀ ਤਾਂ ਇੰਨੇ ਨੂੰ ਨਾਨੀ ਤਿਆਰ ਹੋ ਗਈ ਸੀ। ਜਦੋਂ ਨਾਨਾ ਜੀ ਨੇ ਆ ਕੇ ਦੇਖਿਆ ਤਾਂ ਨਾਨੀ ਬਹੁਤ ਸੋਹਣੀ ਲੱਗ ਰਹੀ ਸੀ। ਐਵੇਂ ਲੱਗਦਾ ਸੀ ਜਿਵੇਂ ਨਾਨਾ ਜੀ ਦੇ ਮਨ 'ਚ ਕੋਈ ਕਵਿਤਾ ਚੱਲਦੀ ਹੋਵੇ। ਸੂਟ ਗੁਲਾਬੀ ਰੰਗ ਦਾ ਉੱਤੇ ਜੜੇ ਸੁਨਹਿਰੀ ਫੁੱਲ, ਇੱਕ ਤੂੰ ਹੀ ਦਿਸਦੀ ਸਾਹਮਣੇ ਮੈਨੂੰ ਭੁੱਲ ਗਈ ਦੁਨੀਆ ਕੁੱਲ, ਆ ਜਿਹੜੇ ਲਾਏ ਪਤਾਸੇ 4 ਸੂਟ ਤੇ ਆ ਗਿਆ ਹੋਰ ਨਿਖਾਰ, ਤੇਰੀ ਗੋਟੇ ਵਾਲੀ ਚੁੰਨੀ ਤਾਂ ਬਣੀ ਤੇਰੇ ਮੱਥੇ ਦਾ ਸ਼ਿੰਗਾਰ। ਨਾਨਾ ਜੀ ਕੁਝ ਕੁ ਦੇਰ ਨਾਨੀ ਨੂੰ ਦੇਖੀ ਗਏ ਤੇ ਫਿਰ ਜਦੋਂ ਨਾਨੀ ਨੇ ਕਿਹਾ ਕਿ ਹੁਣ ਦੇਖੀ ਉਹ ਜਾਉਂਗੇ ਕਿ ਵਿਆਹ ਵੀ ਜਾਣਾ, ਫਿਰ ਨਾਨਾ ਜੀ ਹੱਸ ਪਏ ਤੇ ਨਾਨੀ ਨੂੰ ਕਹਿਣ ਲੱਗੇ ਕਿ ਹਾਂ ਹਾਂ ਜਾਣਾ ਹੀ ਆ ਵਿਆਹ ਤਾਂ। ਇਹ ਕਹਿ ਕੇ ਉਹ ਘਰੋਂ ਨਿਕਲ ਗਏ ਸੀ। ਦੂਰ ਦਾ ਸਫ਼ਰ ਹੋਣ ਕਰਕੇ ਬੱਚਿਆਂ ਨੂੰ ਘਰ ਹੀ ਛੱਡ ਗਏ ਸੀ ਉਹਨਾਂ ਦੇ ਦਾਦਾ ਦਾਦੀ ਕੋਲ। ਉਦੋਂ ਤਾਂ ਸਾਰਾ ਪਰਿਵਾਰ ਇਕੱਠਾ ਹੀ ਰਹਿੰਦਾ ਹੁੰਦਾ ਸੀ, ਹੁਣ ਨਾਨਾ ਨਾਨੀ ਵਿਆਹ ਚਲੇ ਗਏ। ਉੱਥੇ ਸਾਰਾ ਕੁਝ ਬਹੁਤ ਵਧੀਆ ਸੀ, ਬੜੀ ਆਓ ਭਗਤ ਕਰੀ ਨਾਨਾ ਨਾਨੀ ਦੀ ਉਹਨਾਂ ਨੇ। ਬਹੁਤ ਖੁਸ਼ ਸੀ ਦੋਨੋਂ ਕਿ ਚਲੋ ਵਿਆਹ ਦਾ ਸਾਰਾ ਕੰਮ ਵਧੀਆ ਹੋ ਗਿਆ ਤੇ ਕੁੜੀ ਦੀ ਡੋਲੀ ਵੀ ਸਮੇਂ ਸਿਰ ਹੀ ਤੋਰ ਦਿੱਤੀ ਗਈ। ਨਾਨਾ ਜੀ ਨੇ ਸੋਚਿਆ ਕਿ ਹੁਣ ਹਜੇ ਟਾਈਮ ਤਾਂ ਹੈਗਾ ਵੀ ਚੱਲ ਮਾਸੀ ਜੀ ਕੋਲ ਜਾ ਹੀ ਆਉਂਦੇ ਆ, ਮਸਾਂ ਤਾਂ ਘਰੋਂ ਨਿਕਲੇ ਆ ਹੁਣ ਮਾਸੀ ਜੀ ਨੂੰ ਮਿਲ ਕੇ ਚੱਲਦੇ ਆ। ਮਾਸੀ ਜੀ ਹਰ ਵਾਰ ਆ ਕੇ ਕਹਿੰਦੇ ਨੇ ਕਿ ਆਇਓ ਜ਼ਰੂਰ ਜੇ ਕਦੇ ਆਏ ਚੰਡੀਗੜ੍ਹ। ਨਾਨੀ ਪਹਿਲਾਂ ਤਾਂ ਮਨਾ ਕਰ ਦਿੰਦੀ ਆ ਵੀ ਨਹੀਂ ਫੇਰ ਜਾ ਆਵਾਂਗੇ ਕਦੇ, ਹੁਣ ਘਰ ਚੱਲਦੇ ਆ ਨਹੀਂ ਤਾਂ ਫੇਰ ਬੇਬੇ ਜੀ ਬੋਲਣਗੇ, ਪਰ ਨਾਨਾ ਜੀ ਮੰਨੇ ਹੀ ਨਹੀਂ, ਕਹਿੰਦੇ ਕੋਈ ਨਾ ਮੈਂ ਬੇਬੇ ਨੂੰ ਆਪੇ ਮਨਾ ਲਊਂ। ਨਾਨੀ ਨੇ ਵੀ ਕਹਿ ਦਿੱਤਾ ਫਿਰ ਕਿ ਚਲੋ ਠੀਕ ਆ ਚੱਲਦੇ ਆ। ਨਾਨਾ ਨਾਨੀ ਮਾਸੀ ਦੇ ਕੋਲ ਪਹੁੰਚ ਜਾਂਦੇ ਆ। ਮਾਸੀ ਜੀ ਨਾਨਾ ਨਾਨੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਆ। ਪਹਿਲੀ ਵਾਰ ਦੋਨੋਂ ਮਾਸੀ ਜੀ ਦੇ ਘਰ ਗਏ ਸੀ। ਮਾਸੀ ਜੀ ਨੇ ਚਾਹ ਬਣਾਈ, ਨਾਲ ਮਠਿਆਈ ਦਿੱਤੀ। ਮਾਸੀ ਜੀ ਨੇ ਦੋਨਾਂ ਨਾਲ ਬਹੁਤ ਗੱਲਾਂ ਕਰੀਆਂ, ਕਦੇ ਘਰ ਦੀਆਂ ਕਦੇ ਬੱਚਿਆਂ ਦੀਆਂ ਕਦੇ ਬੇਬੇ ਜੀ ਬਾਰੇ ਪੁੱਛ ਰਹੇ ਸੀ। ਗੱਲਾਂ ਗੱਲਾਂ 'ਚ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਤੇ ਹੁਣ ਨਾਨਾ ਨਾਨੀ ਜਦੋਂ ਘਰ ਆਉਣ ਲੱਗੇ ਤਾਂ ਉਦੋਂ ਹਨੇਰਾ ਬਹੁਤ ਹੋ ਗਿਆ ਸੀ। ਨਾਨਾ ਨਾਨੀ ਦੇ ਜਿੱਦ ਕਰਨ ਤੇ ਵੀ ਮਾਸੀ ਜੀ ਨੇ ਉਹਨਾਂ ਨੂੰ ਵਾਪਸ ਨਹੀਂ ਭੇਜਿਆ। ਮਾਸੀ ਜੀ ਨੇ ਉਹਨਾਂ ਨੂੰ ਰਾਤ ਆਪਣੇ ਕੋਲ ਰਹਿਣ ਲਈ ਕਿਹਾ।
मासी जी दी गल नाना जी नूं मननी ही पई। हुण दोनों रात उत्थे ही रुक गए। गल्लां करदे करदे मासी जी दा मुंडा कहिंदा, चल वीर फिल्म देखण चलदे आ। जदों नाना जी नूं जीते ने कहा कि फिल्म देख के आउणी आ, तां नाना जी पहलां तां ना नुक्कर जी करी गए वी नहीं छड्ड परे की करना फिल्म देख के। पर नाना जी नूं इह वी सी कि चल देख ही आउणा, की पता फिर कदे मौका मिले जां ना। नाना जी ने पहलां कदे फिल्म नहीं देखी सी, तां करके नाना जी नूं थोड़ा चा वी सी। नाना जी जान लई मान ही गए ते जदों जीता नाना जी नूं लै के जा रहा सी तां पिछों मासी ने आवाज मारी, भाई मोणिया शिंदर नूं वी लै जा नाल। मसा तां कुड़ी घरों निकली आ, फिर की पता कद आवे कद ना आवे। इह वी देख लऊ की हुंदी आ फिल्म, किवें दिखाउंदे आ फिल्म पढ़दे ते। इह सुण के नाना जी ते जीता दोवें रुक गए। नानी ने मासी जी दी गल सुनी ते कहन लगी कि नहीं मासी जी मैं थोड़े कोल ही ठीक हाँ। पर मासी जी ने नाल ही जवाब दिता कि कोई ना मैं भी थोड़े नाल ही चलदी हाँ। इन्ना कह के चारे जाने फिल्म देखन चले जाते ने। नाना नानी जी पहली बार फिल्म देखन गए सी, कदे उन्हां नूं जिंदगी दियां उलझना चो खुद लई समां ही नहीं मिलिया सी ते ना ही कदे पहलां चंडीगढ़ आए सी। ओह जद उत्थे पहुंचे तां नाना नानी जी नूं कहन लगी, आ देखियो जी किवें कुर्सियां उपर ते उपर रखियां होईयां, पौड़ियां होणियां इत्थे उन्हां ते ही कुर्सियां रखियां होईयां लगदा। नाना जी तां आप पहली बार गए सी फिल्म देखन, उन्हां ने बस हां च सिर हिलाया ते हस पए। जदों उत्थे कुर्सियां ते बैठदे ने तां नानी फिर कहिंदी आ, आ देखियो पर्दे किड्डे किड्डे लाए होए ने, इहदे पिछे दिखाउणी आ फिल्म। नाना जी कहिंदे, शिंदो मैं भी तेरे नाल ही आया पहली वारी, मैनू तां आप नहीं पता। इन्ना कह के फिर दोनों हस पैंदे ने। जिहड़ी फिल्म देखण गए सी उहदा नाम बलवीरो भाबी सी। 1981 दी हिट फिल्म सी इह। इहदे विच वरिंदर ने हीरो दा रोल करिया सी। हीरोइन वजो शोभा आनंद ने रोल कीता सी। गुरचरण पोली ते मेहर मित्तर ने भी इस फिल्म दे विच काम कीता सी ते फिल्म दे गाणियां नूं कुलदीप माणक जी ने अपनी आवाज दित्ती सी। जदों फिल्म देख के सारे वापस आ रहे सी तां नाना नानी नूं पहली वार इक दूजे नाल बिताया इह समां बहुत चंगा लग रिहा सी। कुझ क पल रुशना लए ने मैं मंग के हनेरे तों, कुझ दूर उदासी कर दित्ती मैं सोहणे जिहे चेहरे तों। समा बीतदा गया कदे प्यार नाल, कदे थोड़ी बहुती नोक झोक नाल, कदे हासियां नाल, कदे हंजुआं नाल, कदे सुखां विच कदे दुखां विच, किसे भी दुख तकलीफ विच अपने आप नूं कदे भी नाना नानी ने एक दूजे तों वख नहीं समझिया। हमेशा एक दूजे दे नाल खड़े रहे। इह एक दूजे दे साथ ने ही उन्हां नूं एक खुशहाल जिंदगी दित्ती आ। कदे एक सूट लै के आउण लई भी पैसे नहीं हुंदे सी कोल, पर अज रब दी कृपा नाल सब कुछ आ कोल। नाना जी दे अपने काम दे प्रति मेहनत ते लगन ने उन्हां नूं इक दिहाड़ीदार तों इक बिल्डिंग कॉन्ट्रैक्टर कदों बनाया इह उन्हां नूं भी पता नहीं लग्गिया। ते नानी दा हर चंगे माड़े समें च नाल होणा नाना जी नूं हमेशा हौसला दिंदा रिहा। समां लंघिया ते बच्चे भी वड्डे हो गए। पहला अपने एक मुंडे नूं काम खोल के दिता, फिर दूजे मुंडे नूं भी काम खोल के दिता। दोनों कुड़ियां दे मुंडियां दे व्याह भी बड़े ही वधिया ढंग नाल कीते। अज बहुत ही प्यारा जिहा परिवार आ नाना नानी दा। सारे पोते पोतियां दोते दोतियां नूं बड़ा लाड लड़ाउंदे दोनों। मेरा शुरू तों मेरे नानके रहण करके मेरा नाना नानी नाल बहुत कुछ ज्यादा ही लगाव आ। मैं उन्हां नूं हर खुशी देण दी पूरी कोशिश करदी हां। शायद मैं अपने मां बाप नालों भी ज्यादा अपने नाना नानी दा करदी हां ते उन्हां नूं ही मम्मी पापा कहिंदी हां। हुण मैं पिछले साल दी गल करदी हां जदों नाना नानी दे विआह नूं 50 साल पूरे हो चुके सी। मेरे नाना नानी दा विआह 6 जून 1969 नूं होया सी ते हुण 5 जून 2019 दा दिन सी ते मैनूं इह सी कि किवें ना किवें करके मैं अपने नाना नानी जी दी गोल्डन जुबली नूं इक यादगार बना देवां। मैनूं सरप्राइज़ देने बहुत वधिया लगदे ने, तां करके मैं इक केक तां पहलां ही आर्डर कीता सी जिहदे उत्ते मैं नाना नानी जी दी इक फोटो बनवाई सी ते इक मैं नानी लई सूट लिया सी ते नाना जी लई इक
कुर्ता पजामा पहला मेनू लग्या कि चलो यही बहुत आ घरे मना लवांगे पर फिर मेरे दिमाग च आया कि क्यों ना कुछ क रिश्तेदार बुलाए जान ते एक वधिया सैलीब्रेशन कीती जावे। मैं अपने मामे दे मुंडे नाल इस बारे गल कीती कि आपां इस बार किसी होटल च मनाउंदे आ नाना नानी दी एनिवर्सरी। ओनू भी आइडिया वधिया लग्या ते ओने फिर अपने डैडी नाल गल कीती ते ओना ने भी हां करती सी। फिर मैं अपने मम्मी नाल मासी नाल गल कीती ता ओना नू भी सुन के बहुत चंगा लग्या। फिर मेरे दोनों मामा जी सैलीब्रेशन लई तैयारियां करन लग गए सी। असी अपने शहर ही एक रेस्टोरेंट विच एक हाल बुक कर लिया सी ते मामा जी ओना ने एक वेडिंग केक भी ऑर्डर कीता सी। असी सारे बहुत खुश सी नाना नानी जी नू ओना दी गोल्डन जुबली दे देन एह सरप्राइज देन लई। पर असी किसे भी रिश्तेदारा नू हजे फोन नहीं कीता सी क्योंकि असी नाना नानी लई एह सरप्राइज ही रखिया सी। जे फोन करदे तां किसे ना किसे ने पहला ही दस देना सी ते फिर नाना नानी ने किते भी जान तो मना कर देना सी ते साडा सारा सरप्राइज खराब हो जाना सी। इस लई असी एह सोचिया कि सवेरे ही रिश्तेदारा नू फोन करांगे ते पार्टी शाम नू रखांगे। नाना नानी दी गोल्डन जुबली लई सारियां तैयारियां हो गईयां सी ते हुण बस सानू सवेर दा इंतजार सी। पहली बार नाना नानी नू एदां दा सरप्राइज देना सी इस लई सब नू एवें चा चढ़िया सी जिवें नाना नानी दा विआह ही होवे। सारे बहुत खुश सी। सवेर होई तां मैं नाना नानी नू सब तों पहला एनिवर्सरी दीआं वधाईआं दित्तीआं। नानी हस के कहिंदे कि लै दस साडियां काहदीआं एनिवर्सरीआं बुरसीआं। नानी कहिंदे सानू क्या पता हुंदीआं इह। नाना जी ते मैं असी दोनों हस पए ते फिर नाना जी कहिंदे विआह दा दिन हुंदा ए। फिर मैं नाना जी नू मजाक करन लग गई कि दसो हुण फिर की गिफ्ट देना तुसी नानी नू। नाना जी कहिंदे इहनू पुछ पहला इहने की देना मैनू। नानी कहिंदी दसो क्या लैणा मैं लिया दिन्नी आ हुणे। नाना जी कहिंदे खरीदिया भी आ कदे जाके कुछ। नानी कहिंदी दसो तुसी मैं मंगवा लूं अपनी दोती तों। नानी जी कहिंदे आहो दोती तेरी कल्ली आ किते। मैं क्या तुसी रहन दियो मैं आप ही दे दूं लिया के कोई गिफ्ट। इन्ने नू गल्लां करदे करदे फिर सारे फैमिली मैंबर भी आ के वधाईयां दे रहे सी नाना नानी जी नू। कदे किसे दा फोन आ रहा सी ते कदे किसे दा। एवें ही फिर असी 11 के वजे रिश्तेदारां नू फोन करने शुरू कीते। असी बस नाना जी दीआं भैणां भाईआं ते उहनां दे परिवार नू बुलाया सी ते नानी दीआं भैणां ते भाई बुलाए सी ते मेरे मासी ते मम्मी नू बुलाया सी। असी सारे रिश्तेदारां नू फोन करके यही कहा कि तुसी शाम नू सिद्धा रेस्टोरेंट विच ही आयो ते नाना नानी नू इहदे बारे पता ना लगे। हुण असी 3 क वजे अपनियां तैयारियां करन लग गए सी। मामियां ने सूट प्रेस कर लए अपने। मैं ते मेरियां कजन्स ने भी अपने अपने सूट प्रेस कर लए। एक सूट सोहना जिहा मैं नानी दा भी प्रेस करता सी ते नाना जी दा कोट पैंट भी सही करके रखता सी। इह सब असी नाना नानी तों चोरी चोरी करिया सी। सानू सब नू बहुत मजा आ रहा सी लुक छिप के सारे काम करन विच ते सब तों मुश्किल काम सी नाना नानी नू मनाउणा किते बाहर लै के जाण लई। हुण 6 वज गए सी ते मामा जी आ के नानी नू कहिंदे कि की प्रोग्राम अज। फिर नानी कहिंदे की प्रोग्राम होणा इत्थे ही लै आओ भोरा कुछ खाण नू। फिर इन्ने नू नाना जी भी आ गए सी। मामा जी कहिंदे कि पापा जी तैयार हो जाओ बाहर चलदे आ अज रोटी खाण। नाना जी कहिंदे बस घर घरे लै आओ की खाणा। नाना नानी मन ही नहीं रहे सी किवें भी जाण लई। असी सारे कजन्स वार वार आ के मना रहे सी कि चल किसे दी गल तां मन जाण पर फिर भी मन्ने ही नहीं। नाना नानी जदों किसे दी गल मन ही नहीं रहे सी फिर असी नाना जी दे सब तों वड्डे सिस्टर नू फोन करके कहा कि तुसी कह दिओ फोन करके प्लीज क्योंकि थोड़ी तां कोई भी गल नहीं मोड़दे नाना नानी। जदों फिर उन्हां ने फोन कीता तां नाना जी मन गए वी चल ठीक आ जा आउंदे आ। नानी नू फिर नाना जी ने आप ही मना लिया सी। हुण नाना नानी तैयार हो गए सी। असी सारे भी तैयार हो गए सी। रिश्तेदारां दे फोन आ रहे सी कि आजो हुण तुसी आप किथे रह गए।
असी बस सब नू यही कह रहे सी कि हां जी बस तैयार ही हाँ आ रहे हाँ। नानी वार वार पूछी जांदे सी कि तुसी इन्ना तैयार क्यों हुई हैं, रोटी खा के आनी है व्याह जाना किते। इन्ने नू मामी कहंदे कि मम्मी चलो हुण गल्लां ही करी जाने हो तुसी तां। मैं अपने मामे दे मुंडे नू भी फोन करता सी ते फोटो वाला केक भी चक के लै जावो रेस्टोरेंट विच। हुण असी सारे जाण लई तैयार सी ते नाना नानी नू नाल लैके असी रेस्टोरेंट अगे गड्डी रोकी ते नाना नानी नू जदों हाल च लैके गए तां इन्ने रिश्तेदार देख के इन्नी सजावट देख के नाना नानी नू तां जिवें कुछ समझ ही नहीं आ रहा सी वी ए हो की रहा है। सारे रिश्तेदार इकट्ठे ही एनिवर्सरी दियां वधाइयां दे रहे सी। कोई मामा जी वधाइयां, कोई भूआ वधाइयां, कोई कुछ कह रहा सी, कोई कुछ। नाना नानी जिन्ने हैरान होए सी ए सब देख के ओदे नालों किते ज्यादा खुश भी सी। सामने स्टेज उत्ते एक सोफा लगाया होया सी, साइड ते डीजे चल रहा सी बहुत घट आवाज विच। खान पीन दा सारा प्रबंध एक अलग हाल विच कीता होया सी। हुण असी नाना नानी नू स्टेज ते लै गए, उत्थे सोफे ते बैठन लई किया, पर नाना नानी एक दूजे तो बहुत संग रहे सी। एवें लगदा सी जिवें उह अपनी जिंदगी दे 50 साल पिछे जा के ओही व्याह वाला दिन महसूस कर रहे होण। एक दूजे दियां अखां विच ओही संग बुल्लां ते ओही मिनी मिनी मुस्कुराहट, एक दूजे तो थोड़ा दूर दूर खड़ना, एवें लगदा सी जिवें एक दूजे वल देख के कोई अखां ही अखां विच कविता सिरजदे होण। अज फिर तो दिन शगना दा सानू महसूस जिहा हुंदा है। असी दोवें इंज लगीए जिवें फुल खुशबू होईए, चा चढ़िया ओही दिन जिन्ना जिस दिन सी साडा व्याह होया। असी फड़िया सी हथ एक दूजे दा, कदे छड़िया नहीं। 50 साल होए हर सुख दुख विच असी नाल रहे, कदे डोले नहीं। तकलीफां विच साडा रिश्ता समें नाल गूढ़ा होया, असी प्यार रूहां नाल करदे आ। किन्नी ही अज इकट्ठ होया है साडा प्यार देखण लई भीड़ होई, असी हुण वी ओवें ही तक रहे आ। थोड़ा संग संग के थोड़ा डर डर के असी बदले नहीं, बस बुजुर्ग होए आ साडे दिल तां अज वी ओही ने। जदों नाना नानी नू स्टेज कोल लैके गए तां पहलां तां मन्ने ही नहीं सोफे ते इकट्ठे बैठण नू, क्योंकि नानी अपनी सब तों वड्डी ननण ते ननदइए तों बहुत संगदी सी। पर जदों उन्होंने भी कहा कि कुछ नहीं हुंदा अजकल तां सारे एवें ही बैठदे आ, तां उह संगदे संगदे जा के सोफे ते बैठ गए। जिन्ने भी रिश्तेदार मौजूद सी हाल च सब दे चेहरियां ते एक अलग जिही खुशी झलकदी सी, सारे बहुत इंजॉय कर रहे सी। हुण नानी दी सब तो वड्डी ननद ने कुछ रस्मां शुरू कीतियां। उन्होंने नानी दे पल्ले विच पुड़ी पाई जिहदे विच शगन वालियां कई चीजां सी। फिर उन्होंने नाना नानी नू लड्डू खवाया ते शगन पाया, नाल ही उन्होंने एक गिफ्ट भी दिता। फिर वारी वारी नाना जी दियां सारियां भैणां ने शगन कीते ते गिफ्ट भी दिते ते सब ने फोटोआं भी खिंचवाईयां। जद सारियां भूआ ने शगन कर लए फिर नानी दे भाई भाभी ने भी शगन कीते। नाना नानी दे मूँह च उन्हां ने भी लड्डू पाया ते फिर गिफ्ट भी दिता। हुण सारियां भूआ दे मुंडे बहुआं ने भी नाना नानी नू जा के शगन पाया ते बहुत सोहणियां फोटोआं खिंचवाईयां सब ने। साडी वारी तां सब तों अखीर विच आई, पहला मासी मासड़ जी गए, उन्होंने अपने मम्मी पापा नू शगन पाया ते बहुत ही प्यारा गिफ्ट भी दिता। सारे रिश्तेदार कहन लग गए कि देख ला बीबी, पहला तेनू शगन पाया सी इन्ने इन्हां ने, हुण तू शगन पा रही आ अपने मम्मी पापा नू। एवें ही जदों मेरे मम्मी डैडी गए शगन पाउण तां उदों भी सब ने यही कहा कि देख ला तेरे विआह नू तेरे माँ प्यो ने तेनू शगन पाया सी, हुण तू इन्हां नू पाउंदी आ। देख ला कदे सोचिया सी कि इह दिन भी आऊ। हुण दोनों मामा जी मामी जी इकट्ठे गए शगन पाउण ते उन्हां ने नाना नानी नू घड़ियां गिफ्ट कीतियां। नाना जी दे गुट ते वड्डे मामा जी ने घड़ी लगा दित्ती सी ते नानी दे गुट ते छोटे मामा जी ने। नाना नानी बहुत खुश सी। हुण आखर विच वारी आई साडी कजन्स दी, असी सारे इकट्ठे हो गए ते नाना नानी नू सब ने गिफ्ट दित्ते। मैं भी नाना नानी नू गिफ्ट दित्ता जो कि एक सूट लिया सी नानी लई ते नाना जी लई कुड़ता पजामा लिया सी। फिर असी सब ने उन्हां कोल बैठ के बहुत फोटोआं खिंचवाईयां, एक फैमिली पिक्चर भी लई।
सारे वार वार फोटोवां खिंचवा रहे सी। सब नूं इन्ना चा चढ़िया सी कि टाइम दा वी पता नहीं लग्या कि कदों 11 वी वज गए। हजे केक वी कटना सी। मेरे कजन ने वेटर नूं कह के केक मंगवा लिया सी। हुण नाना नानी लई इह वी इक सरप्राइज ही सी। जदों वेटर ट्रॉली ते रख के केक लै के आया तां नाना नानी देख के कहण लगे वी हुण इह की करना सी, पहलां ही तुसीं इन्ना कुछ करता साडे लई। पर फिर मासी कदे कह देंदे ने तां की होया, इन्ना तां हुण करना ही सी। नाना नानी फोटो वाला केक देख के बहुत खुश हुंदे ने। नानी वार वार कही जावे क्या फोटो कद तराई सी मैं, मैनू तां याद नहीं आउंदा। वार वार केक नूं हाथ लगा के देख रही सी नानी के फोटो उपर चिपकाई हुई आ जां क्रीम दी बनाई हुई आ। मैं कहा कोई ना मम्मी केक कट्टन लगे पता लग जू। कहंदे ठीक आ। दूजा केक भी बहुत सोहना डेकोरेट कीता होया सी। हुण सारे रिश्तेदार केक दे आले दुआले हो गए। नाना नानी ने पहला फोटो वाला केक कट्टिया ते फिर दूजा। साढ़े जिद करन ते मसा ही नाना नानी ने एक दूजे दे मूँह च केक पाया। दोनों बहुत ही स्वीट लग रहे सी उस समय। हुण खाना पीना करके सब नचण वाल नू हो गए सी। डीजे लग्या होया सी, सारे खूब मस्ती कर रहे सी। कदे नाना नानी नू असी कपल डांस करन लई कहंदे, कदे किसी गाने उत्ते नचण लई कहंदे। हर एक रिश्तेदार अपनी ही मस्ती विच नच टप रहा सी। नचदे नचदे कदों एक वज गया पता ही नहीं लग्या। हुण सारे हौली हौली करके जान लग गए सी। नाना नानी ने सब नू फिर रिटर्न गिफ्ट विच शगन ते एक एक मठियाई दा डब्बा दिता। जदों सारे चले गए तां असी वी अपने घर आ गए। सब दे चेहरे खिड़े होए सी। मैनू सब कुछ बहुत सोहना लग रहा सी ते मेरी हुण तक दी जिंदगी दा ए गोल्डन जुबली वाला व्याह सब तो वध सोहना लग्या। मैं ए दिन कदे नहीं भुल सकदी। मैं रात नू पई वी यही सोच रही सी कि नाना नानी दा प्यार अज वी ओवें ही आ जिवें पहला सी। अज वी नाना नानी ओवें ही एक दूजे दा ख्याल रखदे ने जिवें पहला रखदे सी। बस मैं रब अगे यही अरदास कीती आ कि नाना नानी दा एह प्यार हमेशा एवें दा ही रहे। समाप्त। कृपा करके साडे चैनल नू सबसक्राइब जरूर कर लवो ते वीडियो नू लाइक अते शेयर कर दवो अते एक वधिया जिहा कमेंट करके जरूर दसो ये कहानी तुहानू किस तरह की लगी। तुहाडा कीमती समा देने लई बहुत बहुत धन्यवाद।